ਸਸ਼ਕਾਲ ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਸ਼੍ਰੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਅਮਰੀਕਾ ਰੂਸ ਦੇ ਵਿੱਚ ਵੱਧਦੇ ਤਣਾਅ ਦੇ ਦਰਮਿਆਨ ਬਲਿੰਕਨ ਚਾਨਗੇ ਯੂਕਰੇਨ ਐਨਕਿਆਰ ਹੈ ਸਟ੍ਰਕਿੰਗ ਦੀ ਸਾਰਵੀ ਵਰੇਗੰਡ ਮੌਕੇ ਫ੍ਰੀਜ਼ੋ ਦੇ ਵਿੱਚ ਲੱਗੀਆਂ ਰੌਣਕਾਂ ਲੋਕਾਂ ਨੂੰ ਹਮੇਸ਼ਾ ਮਾਸਕ ਲਗਾਉਣਾ ਪਵੇਗਾ ਅਜੇ ਹੀ ਕੋਈ ਸੰਭਾਵਨਾ ਨਹੀਂ ਕਿਹਾ ਐਂਥਨੀ ਫੌਜੀ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਨੂੰ ਦਿੱਤੀ ਜਾ ਸਕਦੀ ਹੈ ਪੈਕਸਲੋਵਿਡ ਪਿਲ ਕਿਹਾ ਟੈਮ ਨੇ ਜਾਇਦੇ ਦੌਰਾਨ 4 ਮਿਲੀਅਨ ਡਾਲਰ ਦੇ ਡਰੱਗਜ਼ ਹਥਿਆਰ ਤੇ ਨਕਦੀ ਬਰਾਮਦ ਲੇਬਰ ਤੇ ਪ੍ਰੋਡਕਟ ਦੀ ਕਾਰਦਕਾਰਨ ਸੰਘਰਸ਼ ਕਰਨ ਦੇ ਲਈ ਮਜਬੂਰ ਹਨ ਗਰੋਸਰੀ ਸਟੋਰ ਯੂਏਈ ਦੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਦੇ ਨਾਲ ਕੀਤੀ ਗੱਲਬਾਤ ਆਤੰਕਵਾਦੀ ਹਮਲੇ ਦੇ ਵਿੱਚ ਭਾਰਤੀਆਂ ਦੀ ਮੌਤ ਤੇ ਜਤਾਇਆ ਦੁੱਖ ਪੰਜਾਬ ਫੀਸ ਦੀ ਬੱਚਿਆਂ ਨੂੰ ਲੱਗੀ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਪੀਐਮ ਮੋਦੀ ਬੋਲੇ ਇਹ ਉਤਸ਼ਾਹ ਕਰਨ ਵਾਲੀ ਖਬਰ ਦਿੱਲੀ ਐਨਸੀਆਰ ਸਨੇ ਪੰਜਾਬ ਦੇ ਵਿੱਚ ਪੈ ਰਿਖੜਾਕੇ ਦੀ ਠੰਡ 21 ਤੋਂ 23 ਨੂੰ ਮੀਂਹ ਪੈਣ ਦੀ ਸੰਭਾਵਨਾ ਆਪ ਦਾ ਸੀਐਮ ਚਿਹਰਾ ਬਣੇ ਭਗਵੰਤ ਮਾਨ ਤੂਰੀ ਸੀਟ ਤੋਂ ਲੜਨਗੇ ਚੋਣ ਜਲਦ ਹੋਵੇਗਾ ਐਲਾਨ ਹੁਣ ਉਮੀਦਵਾਰਾਂ ਨੂੰ ਦੇਣਾ ਹੋਵੇਗਾ ਡਿਜੀਟਲ ਪ੍ਰਚਾਰ ਦਾ ਹਿਸਾਬ ਚੋਣ ਕਮਿਸ਼ਨ ਨੇ ਜੋੜਿਆ ਨਵਾਂ ਕਾਲਮ ਜਦੋਂ ਕੋਈ ਹੋਰ ਨਹੀਂ ਮੰਨਿਆ ਤਾਂ ਮਜਬੂਰੀ ਦੇ ਵਿੱਚ ਭਗਵੰਤ ਮਾਨ ਨੂੰ ਬਣਾਇਆ ਸੀਐਮ ਦਾ ਚਿਹਰਾ ਕਿਹਾ ਸੁਖਬੀਰ ਬਾਦਲ ਨੇ ਸੈਟੇਲਾਈਟ ਤਸਵੀਰਾਂ ਦੇ ਨਾਲ ਹੋਇਆ ਖੁਲਾਸਾ ਪੈਂਗੋਗ ਝੀਲ ਦੇ ਨੇੜੇ ਨਜਾਇਜ਼ ਪੁਲ ਬਣਾ ਰਿਹਾ ਹੈ ਚੀਨ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਇਸ ਹਫਤੇ ਯੂਕਰੇਨ ਦਾ ਦੌਰਾ ਕਰਨਗੇ ਇਸ ਦੌਰਾਨ ਉਹ ਯੂਕਰੇਨ ਦੇ ਰਾਸ਼ਟਰਪਤੀ ਵਿਲੈਮ ਅਦੀਰ ਜ਼ੇਲਨਸਕੀ ਦੇ ਨਾਲ ਮੁਲਾਕਾਤ ਵੀ ਕਰਨਗੇ ਬਲਿੰਕਨ ਦਾ ਦੌਰਾ ਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਰੂਸ ਦੇ ਗਵਾਂਡੀ ਦੇ ਯੂਕਰੇਨ ਦੇ ਹਮਲੇ ਦੇ ਡਰ ਦੇ ਕਾਰਨ ਅਮਰੀਕਾ ਤੇ ਰੂਸ ਦੇ ਵਿਚਾਲੇ ਤਣਾਅ ਵਧ ਗਿਆ ਹੈ ਯੂਕਰੇਨ ਅਤੇ ਹੋਰ ਸੁਰੱਖਿਆ ਮਸਲਿਆਂ ਨੂੰ ਚੱਲ ਰਹੇ ਅਸਹਿਮਤੀ ਨੂੰ ਸੁਲਝਾਉਣ ਦੇ ਲਈ ਪਿਛਲੇ ਹਫਤੇ ਮਾਸਕੋ ਅਤੇ ਪੱਛਮੀ ਦੇਸ਼ ਵਿਚਕਾਰ ਕੂਟਨੀਤਿਕ ਗੱਲਬਾਤ ਬੇਨਕਾਬ ਰਹਿਣ ਤੋਂ ਬਾਅਦ ਬਲਿੰਕਨ ਯੂਕਰੇਨ ਦੇ ਨਾਲ ਇੱਕ ਜੁਟਤਾ ਦਿਖਾਉਣ ਦੇ ਲਈ ਕਿ ਇਹ ਉਹਦਾ ਦੌਰਾ ਕਰਨ ਮੁਤਾਬਕ ਬਲਿੰਕਨ ਦੀਆਂ ਮੁਲਾਕਾਤਾਂ ਤੇ ਵਿਚਾਰ ਵਟਾੰਦੜੇ ਰੂਸੀ ਫੌਜ ਅਤੇ ਯੂਕਰੇਨ ਦੇ ਖਿਲਾਫ ਚੱਲ ਰਹੇ ਹਮਲੇ ਦੇ ਕਾਰਨ ਪੈਦਾ ਹੋਏ ਤਣਾਅ ਨੂੰ ਘਟ ਕਰਨ ਦੇ ਲਈ ਕੂਟਨੀਤਿਕ ਯਤਨਾਂ ਦਾ ਹਿੱਸਾ ਹਨ ਇਸ ਮੁਤਾਬਕ ਯੂਕਰੇਨ ਤੋਂ ਬਾਅਦ ਬਲਿੰਕਨ ਬਰਲਿੰਡਾ ਦਾ ਦੌਰਾ ਕਰਨਗੇ ਜਿੱਥੇ ਉਹ ਆਪਣੇ ਜਰਮਨ, ਬ੍ਰਿਟੇਨ ਅਤੇ ਫ੍ਰਾਂਸੀਸੀ ਹਮਰੁੱਤਬਾ ਦੇ ਨਾਲ ਮੁਲਾਕਾਤ ਕਰਨਗੇ ਅਤੇ ਰੂਸ ਦੇ ਵੱਲੋਂ ਕਿਸੇ ਵੀ ਸੰਭਾਵੀ ਫੌਜੀ ਕਾਰਵਾਈ ਤੇ ਜਵਾਬ ਦੇ ਵੀ ਚਰਚਾ ਕਰਨਗੇ ਉਦਰਾਫਿਰ ਤੋਂ ਸ਼ਹਿਰ ਜਿਸ ਨੂੰ ਟਰੱਕਿੰਗ ਦੇ ਹੱਬ ਦੇ ਤੌਰ ਤੇ ਜਾਣਿਆ ਜਾਂਦਾ ਹੈ ਇੱਥੋਂ ਦੀ ਐਨਕੇਆਰਐਸ ਟਰੱਕਿੰਗ ਦੇ ਮਾਲਕ ਅਮੋਲਕ ਸਿੰਘ ਸਿੱਧੂ ਦੇ ਵੱਲੋਂ ਲੰਗੇ ਸ਼ਨੀਵਾਰ ਆਪਣੀ ਕੰਪਨੀ ਐਨਕੇਆਰਐਸ ਟਰੱਕਿੰਗ ਦੀ 17ਵੀਂ ਬਰੇਗੰਡ ਆਪਣੇ ਗ੍ਰਹਿ ਵਿਖੇ ਕੰਪਨੀ ਦੇ ਅਣਥੱਕ ਡਰਾਈਵਰਾਂ ਦੇ ਨਾਲ ਇੱਕ ਸ਼ਾਨਦਾਰ ਮਹਿਫਿਲ ਦੇ ਰੂਪ ਦੇ ਵਿੱਚ ਸਭਨਾਂ ਨੂੰ ਮਾਨ ਸਨਮਾਨ ਦੇ ਕੇ ਮਨਾਈ ਗਈ ਸਮਾਗਮ ਦੀ ਸ਼ੁਰੂਆਤ ਅਮੋਲਕ ਸਿੰਘ ਸਿੱਧੂ ਨੇ ਸਭਨਾਂ ਨੂੰ ਨਿੱਗੀ ਜੀ ਆਇਆਂ ਆ ਕੇ ਕੀਤੀ ਇਸ ਉਪਰੰਤ ਉੱਗੇ ਟਰਾਂਸਪੋਰਟਰ ਸੁਰਿੰਦਰ ਸਿੰਘ ਨੇਜਰ ਅਮਰਿਤਪਾਲ ਸਿੰਘ ਨੇਜਰ ਅਤੇ ਕਾਰੋਬਾਰੀ ਗੁਰਨੇਕ ਸਿੰਘ ਬਾਂਗੜੀ ਗੁਰਨੇਕ ਸਿੰਘ ਨੇਜਰ ਅਤੇ ਉਸ ਇਸ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਆਪਣੇ ਤਜਰਬੇ ਦੇ ਵਿੱਚੋਂ ਡਰਾਈਵਰ ਵੀਰਾਂ ਦੇ ਨਾਲ ਸੇਫਟੀ ਟਿਪਸ ਵੀ ਸਾਂਝੀਆਂ ਕੀਤੀਆਂ ਇਸ ਮੌਕੇ ਗਾਇਕ ਆਕਾਸ਼ ਦੀ ਪਰਮਵੀਰ ਥਾਂਦੀ ਪੱਪੀ ਪਦੌੜ ਗੋੱਗੀ ਸੰਦੂ ਅਤੇ ਮਿੱਕੇ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਖੂਬ ਰੌਣਕ ਲਗਾਈ। ਇਸ ਮੌਕੇ ਯੂਬਾ ਸਿਟੀ ਦੇ ਵਾਲੇ ਜਿੰਦਰ ਦਾ ਟਰੱਕ ਡਰਾਈਵਰ ਵੀਰਾਂ ਦੇ ਲਈ ਖਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਅਮੋਲਕ ਸਿੰਘ ਸਿੱਧੂ ਨੇ ਸਭਨਾਂ ਨੂੰ ਸਨਮਾਨ ਚਿੰਨ ਦੇ ਕੇ ਨਵਾਜਿਆ ਅਤੇ ਆਖਿਰ ਡਰਾਈਵਰ ਵੀਰਾਂ ਨੇ ਨੱਚ ਕੇ ਖੂਬ ਖੁਸ਼ੀ ਮਨਾਈ। ਇਹ ਇੱਕ ਤਰ੍ਹਾਂ ਦਾ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਲਈ ਵੀ ਲਿਖਣ ਪ੍ਰੋਗਰਾਮ ਹੋ ਕੇ ਨਿਭੜਿਆ ਕਿਉਂਕਿ ਪਹਿਲੀ ਵਾਰ ਸੀ ਜਦੋਂ ਕਿਸੇ ਕੰਪਨੀ ਮਾਲਕ ਨੇ ਆਪਣੇ ਅਰਥਕ ਡਰਾਈਵਰਾਂ ਦੇ ਮਾਣ ਸਨਮਾਨ ਹਿੱਤ ਕੋਈ ਪ੍ਰੋਗਰਾਮ ਉਲੀਕਿਆ ਹੋਵੇ। ਇਸ ਮੌਕੇ ਆ ਖਾਣੇ ਦਾ ਸਭ ਨੇ ਆਨੰਦ ਮਾਣਿਆ ਇਸ ਮੌਕੇ ਗੀਤਕਾਰ ਅਤੇ ਗਾਇਕ ਪੱਪੀ ਪਦੋੜ ਨੇ ਨਵੇਂ ਆ ਰਹੇ ਗੀਤ ਦਾ ਪੋਸਟਰ ਵੀ ਪਤਵੰਤੇ ਸੱਜਣਾ ਦੇ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗੀਤ ਬਹੁਤ ਹੀ ਜਲਦ ਮਾਚੇ ਕੇ ਐਂਡ ਤਾਲੀਆ ਮੀਡੀਆ ਗਰੁੱਪ ਆਫ ਰਿਜ਼ਨ ਦੇ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਉਧਰ ਅੰਤਰਰਾਸ਼ਟਰੀ ਸਿਹਤ ਮਹਾਰਾਣੀ ਸੋਨਵਾਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਜਲਦੀ ਹੀ ਖਤਮ ਨਹੀਂ ਹੋਣ ਵਾਲੀ ਅਤੇ ਅਮਿਕਰੋਨ ਕਰੋਨਾ ਵਾਇਰਸ ਆਖਰੀ ਵੇਰੀਐਂਟ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਬਹੁਤ ਕੁਝ ਇਸ ਕਾਤਕ ਵਾਇਰਸ ਦੇ ਅਗਲੇ ਵੇਰੀਐਂਟ ਦੇ ਪ੍ਰਭਾਵ ਅਤੇ ਉਸ ਦੀ ਸਕਾਰਾਤਮਕਤਾ ਤੇ ਨਿਰਭਰ ਕਰੇਗਾ। ਵਿਸ਼ਵ ਆਰਥਿਕ ਫੋਰਮ ਦੇ ਹਫ਼ਤਾ ਭਰ ਚੱਲਣ ਵਾਲੇ ਆਨਲਾਈਨ ਦਾਵੋਸ ਏਜੰਟਾ ਸੰਮੇਲਨ ਦੇ ਪਹਿਲੇ ਦਿਨ ਹੀ ਕੋਵਿਡ-19 ਦੀ ਸਥਿਤੀ ਤੇ ਆਪਣੇ ਸੰਬੋਧਨ ਦੇ ਵਿੱਚ ਮਸ਼ਹੂਰ ਅਮਰੀਕੀ ਮਹਾਮਾਰੀ ਵਿਗਿਆਨੀ ਐਂਤਨੀ ਫੌਂਚੀ ਨੇ ਕਿਹਾ ਹੈ ਕਿ ਨਵੀਂ ਸਿਹਤਾਂ ਦੀ ਸਥਿਤੀ ਨੂੰ ਲੈ ਕੇ ਭਵਿੱ ਲੋਕਾਂ ਨੂੰ ਹਮੇਸ਼ਾ ਮਾਸਕ ਪਹਿਨਣਾ ਪਵੇਗਾ ਫੌਜੀ ਨੇ ਕਿਹਾ ਕਿ ਇਹ ਕੀਮਿਕਲ ਬਹੁਤ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਬਹੁਤ ਜ਼ਿਆਦਾ ਰੋਗ ਜਨਕ ਨਹੀਂ ਹੈ ਜਦਕਿ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਥਿਤੀ ਅਜੇ ਅਜੇ ਵੀ ਅਜਿਹੀ ਬਣੀ ਹੋਈ ਹੈ ਹਾਲਾਂਕਿ ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਉਭਰਨ ਵਾਲੇ ਵਾਇਰਸ ਦੇ ਨਵੇਂ ਵੇਰੀਐਂਟ ਤੇ ਨਿਰਭਰ ਕਰੇਗਾ ਉਹਨਾਂ ਨੇ ਕਿਹਾ ਕਿ ਮਹਾਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੁੰਮਰਾਕੂਨ ਜਾਣਕਾਰੀਆਂ ਨੇ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਮਹਾਮਾਰੀ ਕਦੋਂ ਤੱਕ ਜਾਰੀ ਰਹੇਗੀ ਫੌਜੀ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਨਵੀਂ ਸਧਾਰਨ ਸਥਿਤੀ ਕਿਹੋ ਜਿਹੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਹਮੇਸ਼ਾ ਮਾਸਕ ਪਾਉਣਾ ਪਏਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਉਮੀਦ ਕਰਦਾ ਕਿ ਨਵੇਂ ਸੁਧਾਰਨ ਸਥਿਤੀ ਇੱਕ ਦੂਜੇ ਦੇ ਨਾਲ ਅਤੇ ਜ਼ਿਆਦਾ ਇੱਕ ਜੁਟਤਾ ਨਾਲ ਹੋਵੇਗੀ ਮੈਂ ਇਹ ਵੀ ਉਮੀਦ ਕਰਦਾ ਕਿ ਇਸ ਵਾਰ ਸਥਿਤੀ ਆਮ ਵਾਂਗ ਹੋਣ ਦੇ ਇਹ ਵੀ ਸਾਡੀ ਆ ਯਾਦਾਂ ਵਿੱਚ ਰਹੇਗਾ ਅਤੇ ਇੱਕ ਮਹਾਮਾਰੀ ਸਾਡੇ ਉੱਤੇ ਕਿਵੇਂ ਪ੍ਰਭਾਵ ਪਾ ਸਕਦੀ ਹੈ ਦਵਾਈ ਕੰਪਨੀ ਮੋਡਰਨ ਦੇ ਸੀਈਓ ਸਟੀਫਨ ਬੀਏ ਦੇ ਇਲਾਵਾ ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈਸ ਦੇ ਸੀਈਓ ਰਿਚਰਡ ਹੈਚ ਅਤੇ ਲੰਡਨ ਦੇ ਚੂਹ ਦੇ ਬਿਮਾਰੀਆਂ ਦਾ ਮਹਾਰ ਐਨਾਲਿਸ ਵਾਈਲਡਰ ਸਮਿਥ ਨੇ ਵੀ ਸੈਸ਼ਨ ਨੂੰ ਸੰਬੋਧਨ ਕੀਤਾ ਸਮਿਥ ਨੇ ਕਿਹਾ ਕਿ ਅਮੀਕਰੋਨ ਵਾਇਰਸ ਆਖਰੀ ਵੇਰੀਐਂਟ ਨਹੀਂ ਹੋ ਕਾ ਤੇ ਮਹਾਮਾਰੀ ਜਲਦੀ ਖਤਮ ਹੋਣ ਵਾਲੀ ਨਹੀਂ ਹੈ ਉਦਰ ਕੈਨੇਡਾ ਦੀ ਉੱਗੀ ਡਾਕਟਰ థੈਰਸਾ ਟੈਮ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਵੈਕਸੀਨੇਸ਼ਨ ਨਹੀਂ ਕਰਵਾਈ ਉਹਨਾਂ ਨੂੰ ਨਵੇਂ ਮਨਜ਼ੂਰ ਕੀਤੇ ਇਲਾਜ ਦੇ ਰਾਹੇ ਗੁਜ਼ਰਨਾ ਹੋਵੇਗਾ ਪਰ ਇਸ ਟ੍ਰੀਟਮੈਂਟ ਦੀ ਸਪਲਾਈ ਅਜੇ ਬਹੁਤ ਹੀ ਘੱਟ ਹੈ ਫਾਈਜ਼ਰ ਦੀ ਐਂਟੀਵਾਇਰਲ ਗੋਲੀ ਪੈਕਸਲੋ ਵਿਡ ਨੂੰ ਸੋਮਵਾਰ ਨੂੰ ਹੈਥ ਕੈਨੇਡਾ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਇਹ ਪਿਲ ਉਹਨਾਂ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੇ ਅੰਦਰ ਕੋਵਿਡ-19 ਦੇ ਮਾਮੂਲੀ ਜਾਂ ਫਿਰ ਦਰਮਿਆਨੇ ਲੱਛਣ ਪਾਈ ਜਾਣਗੇ ਜਿਨ੍ਹਾਂ ਦੇ ਗੰਭੀਰ ਬਿਮਾਰ ਹੋਣ ਦਾ ਖਤਰਾ ਹੋਵੇਗਾ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਨ ਜਾਂ ਫਿਰ ਵਿਦੇੜੇ ਕੇਅਰ ਦੀ ਲੋ ਨਹੀਂ ਦਿੱਤੀ ਜਾ ਸਕਦੀ ਇਹ ਦਵਾਈ ਲੱਛਣ ਨਜ਼ਰ ਆਉਣ ਤੇ 5 ਦਿਨਾਂ ਦੇ ਅੰਦਰ ਅੰਦਰ ਦੇਣੀ ਹੋਵੇਗੀ ਫਾਈਜ਼ਰ ਦਾ ਇਹ ਦਾਵਾ ਹੈ ਕਿ ਇਸ ਦਵਾਈ ਦੇ ਟਰਾਇਲ ਤੋਂ ਸਾਹਮਣੇ ਆਇਆ ਕਿ ਇਹ ਡਰਗ ਕਿਸੇ ਬਾਲਗ ਵਿਅਕਤੀ ਦੇ ਹਸਪਤਾਲ ਦਾਖਲ ਹੋਣ ਜਾਂ ਫਿਰ ਕਿਸੇ ਦੀ ਮੌਤ ਦੀ ਸੰਭਾਵਨਾ ਨੂੰ 99% ਦੀ ਘਟਾਉਂਦੀ ਹੈ ਬਸ਼ਰਤੇ ਇਸ ਨੂੰ ਲੱਛਣ ਨਜ਼ਰ ਆਉਣ ਤੋਂ ਤੁਰੰਤ ਬਾਅਦ ਲਿਆ ਜਾਵੇ ਉਦ ਟੋਰਾਂਟੋ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਨੇ 4 ਮਿਲੀਅਨ ਡਾਲਰ ਦੇ ਡਰੱਗ ਸੀਜ਼ ਕੀਤੇ ਨੇ ਇੱਕ ਸਾਲ ਤੱਕ ਗਨਸ ਅਤੇ ਗੈਂਗ ਸੰਬੰਧੀ ਚੱਲੀ ਜਾਂਦੇ ਦੌਰਾਨ ਅਜਿਹਾ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਟੁੰਡਰ ਅਕਤੂਬਰ 2020 ਦੇ ਵਿੱਚ ਸ਼ੁਰੂ ਹੋਇਆ ਤੇ ਇਸ ਦਰਮਿਆਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਨ੍ਹਾਂ ਉੱਤੇ ਹੁਣ ਕਈ ਚਾਰजेस ਲਗਾਏ ਗਏ ਨੇ ਇੱਕ ਰਿਲੀਜ਼ ਦੇ ਵਿੱਚ ਡਿਪਟੀ ਚੀਫ ਮਾਇਰਨ ਡੈਮਕਿਊ ਨੇ ਆਖਿਆ ਕਿ ਗਨ ਕ੍ਰਾਈਮ ਰੋਕਣ ਤੋਂ ਹਥਿਆਰਾਂ ਦੀ ਗਾਤਕ ਜੁਰਮਾਂ ਵਿੱਚ ਹੋਣ ਵਾਲੀ ਵਰਤੋਂ ਨੂੰ ਰੋਕਣ ਦੇ ਲਈ ਸਾਡੀ ਮਿਹਨਤ ਇਹ ਗ੍ਰਿਫਤਾਰੀਆਂ ਆਪ ਬਿਆੰਦੀਆਂ ਨੇ ਉਹਨਾਂ ਨੇ ਦੱਸਿਆ ਕਿ ਦੀ ਸਮਰਪਿਤ ਗਨ ਅਤੇ ਗੈਂਗ ਟਾਸਕ ਫੋਰਸ ਅਤੇ ਆਪਣੇ ਸਕਿਲਸ ਤੇ ਗਿਆਨ ਦੀ ਵਰਤੋਂ ਕਰਦਿਆਂ ਹੋਏ ਆ ਹੋਰ ਜਾਂਚ ਕਰਾਂਗੇ ਤੇ ਕਮਿਊਨਿਟੀ ਦੇ ਵਿੱਚੋਂ ਜੁਰਮ ਨੂੰ ਖਤਮ ਕਰਨ ਦੇ ਲਈ ਕੋਸ਼ਿਸ਼ ਕਰਾਂਗੇ ਉਹਨਾਂ ਨੇ ਦੱਸਿਆ ਕਿ ਦੋਕਰਾਂ ਦੀ ਤਲਾਸ਼ੀ ਦੇ ਲਈ ਲਈ ਗਈ ਪੁਲਿਸ ਨੂੰ ਇੱਥੋਂ ਗੰਸ ਡਰੱਗਸ ਜਿਨ੍ਹਾਂ ਦੇ ਵਿੱਚ ਕੋਕੀਨ ਕ੍ਰਿਸਟਲ ਮੈਥ ਅਤੇ ਪੈਂਟਨ ਇਲਾਦੇ ਸ਼ਾਮਲ ਨੇ ਬਰਾਮਦ ਕੀਤੀਆਂ ਗਈਆਂ ਨੇ ਇਸ ਇਲਾਵਾ ਮੁਜਰਮਾਨਾ ਗਤੀਵਿਧੀਆਂ ਦੇ ਨਾਲ ਕਮਾਈ ਗਈ 93000 ਡਾਲਰ ਦੀ ਨਕਦੀ ਵੀ ਪੁਲਿਸ ਨੇ ਹਾਸਲ ਕੀਤੀ ਹੈ ਇਸ ਦੌਰਾਨ ਵਿਟਬੀ ਦੇ 33 ਸਾਲਾ ਸ਼ਾਂਤਰੀਨ ਟੋਰਾਂਟੋ ਦੇ 31 ਸਾਲਾ ਰਿਜ਼ਵਾਨ ਘਾੜਾ ਨੂੰ 21 ਸਤੰਬਰ 2021 ਨੂੰ ਗ੍ਰਿਫਤਾਰ ਕੀਤਾ ਗਿਆ ਟੋਰਾਂਟੋ ਦੇ 27 ਸਾਲਾ ਸਾਇਰ ਕੋਟਿਲ ਅਪਾਰੋ ਨੂੰ ਵੀ ਚਾਰਜ ਕੀਤਾ ਗਿਆ ਤੇ ਇਨ੍ਹਾਂ ਦੋਸ਼ੀਆਂ ਨੂੰ 13 ਜਨਵਰੀ 2022 ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਧਰ ਲੇਬਰ ਤੇ ਪ੍ਰੋਡਕਟ ਦੀ ਘਾਟ ਦੇ ਕਾਰਨ ਗਰੋਸਰੀ ਸਟੋਰਸ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਮਹਾਰਾ ਦੇ ਵੱਲੋਂ ਦਿੱਤੀ ਚੇਤਾਵਨੀ ਦੇ ਅਨੁਸਾਰ ਇਸ ਨਾਲ ਕੈਨੇਡਾ ਦੀ ਫੂਡ ਸਿਕਿਉਰਿਟੀ ਖਤਰੇ ਦੇ ਵਿੱਚ ਪੈ ਸਕਦੀ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗਰੋਸਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਪਾਲਿਸੀ ਗੈਰੀ ਸੈਂਡਸ ਦਾ ਕਹਿਣਾ ਹੈ ਕਿ ਕੋਵਿਡ-19 ਪ੍ਰੋਟੋਕਾਲਸ ਦੇ ਕਾਰਨ EMPLOYEES ਦਾ ਸੰਕਟ ਪੈਦਾ ਹੋਇਆ ਪਿਆ ਇਨ੍ਹਾਂ ਪ੍ਰੋਟੋਟੋਕਾਲਸ ਦੇ ਕਾਰਨ ਹੀ ਕੈਨੇਡਾ ਪਾਰਟ ਦੇ ਵਿੱਚ 30% ਦੀ EMPLOYEES ਕਮ ਉਤੇ ਨਹੀਂ ਆਪਣਗੇ ਇਹ ਖਤਰਾ ਘਟਣ ਦੀ ਥਾਂ ਦੇ ਉਤੇ ਵੱਧਦਾ ਹੀ ਜਾ ਰਿਹਾ ਕੋਵਿਡ-19 ਦੇ ਚਪੇਟੇ ਦੇ ਵਿੱਚ ਆਉਣ ਤੋਂ ਬਾਅਦ ਘਟੋ-ਘਟ ਇੱਕ ਹਫ਼ਤੇ ਜਾਂ ਫਿਰ ਇਸ ਤੋਂ ਵੱਧ ਸਮੇਂ ਦੇ ਲਈ ਆਈਸੋਲੇਟ ਕਰਨਾ ਪੈਂਦਾ ਹੈ ਸੈਂਸ ਨੇ ਆਖਿਆ ਕਿ ਜੇ ਹਾਲਾਤ ਹਰ ਵਿਗੜਦੇ ਹਨ ਤਾਂ ਕੁਝ ਗਰੋਸਰੀ ਸਟੋਰਸ ਮੁੜ ਖੁੱਲ ਹੀ ਨਹੀਂ ਸਕਣਗੇ ਇਸ ਦੇ ਨਾਲ ਹੀ ਇੱਕ ਮਾਤਰ ਗਰੋਸਰ ਦੇ ਉੱਤੇ ਨਿਰਭਰ ਪਿੰਡੂ ਜਾਂ ਫਿਰ ਦੂਰ ਦਰਾਜ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਖਾਣੇ ਦੀ ਹੋਰ ਕਿੱਲਤ ਹੋ ਜਾਵੇਗੀ ਇਸ ਦੌਰਾਨ ਸਪਲਾਈ ਚੇਨ ਦੇ ਮਸਲਾਂ ਦੇ ਕਾਰਨ ਸਟੋਰਸ ਦੇ ਵਿੱਚ ਵਸਤਾਂ ਦੀ ਘਾਟ ਵੀ ਪੈਦਾ ਹੋ ਜਾਵੇਗੀ ਇਸ ਦੇ ਵਿੱਚ ਟਰੱਕਸ ਪੈਕੇਜਿੰਗਸ ਅਤੇ ਠੰਡ ਦੇ ਮੌਸਮ ਦੇ ਨਾਲ ਨਾਲ ਪ੍ਰੋਸੈਸਿੰਗ ਦੇ ਵਿੱਚ ਦੇਰ ਹੋਣਾ ਵੀ ਸ਼ਾਮਲ ਹੈ ਉਦਨ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜੈਦ ਅਲ ਨਾਯਾਨ ਨੇ ਮੰਗਲਵਾਰ ਨੂੰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਫੋਨ ਕਰਕੇ ਖਾੜੀ ਦੇਸ਼ ਦੇ ਵਿੱਚ ਹੋਏ ਅਤੰਕਵਾਦੀ ਹਮਲੇ ਦੇ ਵਿੱਚ ਭਾਰਤੀਆਂ ਦੇ ਮਾਰੇ ਜਾਣ ਤੇ ਦੁੱਖ ਪ੍ਰਗਟ ਕੀਤਾ ਇਸ ਦੌਰਾਨ ਜੈ ਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਹੋਏ ਅਤੰਕਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਔਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਅੰਤਰਰਾਸ਼ਟਰੀ ਮੰਚ ਤੇ ਇਸ ਮੁੱਦੇ ਤੇ ਖਾੜੀ ਦੇਸ਼ ਦਾ ਸਮਰਥਨ ਕਰੇਗਾ UAE ਦੇ ਵਿੱਚ ਸੌਮਵਾਰ ਨੂੰ ਹੋਏ ਹਮਲੇ ਦੇ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਜੋ ਕਿ ਕੰਪਨੀ ਦੇ ਕਰਮਚਾਰੀ ਸਨ ਮਾਰੇ ਗਏ ਨੇ। ਹਮਲੇ ਦੇ ਵਿੱਚ 6 ਹੋਰ ਲੋਕ ਜ਼ਖਮੀ ਹੋਏ ਨੇ। ਯਮਨ ਦੇ ਹੁਤੀ ਬਾਗਿਆ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਫੋਨ ਤੇ ਗੱਲਬਾਤ ਦੇ ਦੌਰਾਨ ਜੈ ਸ਼ੰਕਰ ਅਤੇ ਅਲਨਾਯਾਨ ਨੇ UAE ਦੇ ਵਿੱਚ ਹੋਏ ਹੱਤਿਆਕੁਸ਼ੀ ਹਮਲੇ ਤੇ ਚਰਚਾ ਕੀਤੀ। ਬਿਆਨ ਦੇ ਮੁਤਾਬਕ ਅਲਨਾਯਾਨ ਨੇ ਜੈ ਸ਼ੰਕਰ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਇੱਕ ਟਵੀਟ ਦੇ ਵਿੱਚ ਜੈ ਸ਼ੰਕਰ ਨੇ ਕਿਹਾ ਕਿ UAE ਦੇ ਵਿਦੇਸ਼ ਮੰਤਰੀ ਇਹ ਫੋਨ ਤੇ ਗੱਲ ਕੀਤੀ ਹੈ। ਉਹਨਾਂ ਨੇ ਸੌਵਾਨਾ ਦੇ ਯੂਏਈ ਦੇ ਵਿੱਚ ਹੋਏ ਅਤਿਵਾਦੀ ਹਮਲੇ ਦੇ ਵਿੱਚ ਭਾਰਤੀ ਲੋਕਾਂ ਦੇ ਮਾਰੇ ਜਾਣ ਤੇ ਦੁੱਖ ਵੀ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਅਜਹੀਆਂ ਅਸਵੀਕਾਰਨਯੋਗ ਕਾਰਵਾਈਆਂ ਦੇ ਮੱਦੇਨਜ਼ਰ ਸੰਯੁਕਤ ਅਰਬ ਅਮੀਰਾਤ ਦੇ ਨਾਲ ਮਜ਼ਬੂਤ ਇਕਤਾ ਜ਼ਾਹਰ ਕੀਤੀ। ਸਾਡਾ ਦੂਤਕਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਸਹਾਇਤਾ ਪ੍ਰਦਾਨ ਕਰਨ ਦੇ ਲਈ ਯੂਏਈ ਦੇ ਅਧਿਕਾਰੀਆਂ ਦੇ ਨਾਲ ਕੰਮ ਕਰ ਰਿਹਾ ਹੈ ਭਾਰਤੀ ਦੂਤਕਰ ਨੇ ਮੰਗਲਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾ ਦੀ ਰਾਸ਼ਤਾਨੀ ਅਬੂ ਧਾਬੀ ਹਵਾਈ ਅੱਡੇ ਨੇੜੇ ਸੋਮਵਾਰ ਨੂੰ ਸ਼ੱਕੀ ਡਰੋਨ ਹਮਲਿਆਂ ਦੇ ਵਿੱਚ ਮਾਰੇ ਗਏ ਦੋ ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਗਈ ਹੈ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਮਲਿਆਂ ਦੇ ਵਿੱਚ ਜ਼ਖਮੀ ਹੋਏ 6 ਦੇ ਵਿੱਚੋਂ ਦੋ ਭਾਰਤੀ ਨੇ ਤੇ ਦੋਵਾਂ ਨੂੰ ਸੋਮਵਾਰ ਰਾਤ ਨੂੰ ਡਾਕਟਰੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਇਹ ਧਮਾਕੇ ਛੋਟੀਆਂ ਉੱਡਣ ਵਾਲੀਆਂ ਵਸਤੂਆਂ ਸੰਭਾਵਤ ਤੌਰ ਦੇ ਉਤੇ ਡਰੋਨ ਕਾਰਨ ਹੋਏ ਜਿ ਸ਼ਾਨਾ ਬਣਾਇਆ ਸੀ ਉਧਰ ਪਾਰੇ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ 15 ਤੋਂ 18 ਸਾਲ ਦੀ ਉਮਰ ਦੇ 50% ਦੇ ਬੱਚਿਆਂ ਨੂੰ ਕਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੇ ਜਾਣ ਨੂੰ ਇੱਕ ਉਤਸ਼ਾਹ ਕਰਨ ਵਾਲੀ ਖਬਰ ਦੱਸਿਆ। ਉਹਨਾਂ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਨੂੰ ਟੀਕਾ ਕਰਨ ਦੀ ਇਸ ਰਫ਼ਤਾਰ ਨੂੰ ਬਣਾਈ ਰੱਖਣਾ ਹੈ। ਕੇਂਦਰੀ ਸਿਹਤ ਮੰਤਰੀ ਮਨਸੂਮਾ ਮਾਂਡਵਿਆ ਨੇ ਮੰਗਲਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕਿਹਾ ਕਿ ਭਾਰਤ ਨੇ 15 ਤੋਂ 18 ਸਾਲ ਉਮਰ ਦੇ 50% ਦੇ ਬੱਚਿਆਂ ਨੂੰ ਕਰੋਨਾ ਟੀਕੇ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ। ਮਾਂਡਵਿਆ ਨੇ ਇਸ ਟਵੀਟ ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਹੋਇਆਂ ਮੋਦੀ ਨੇ ਕਿਹਾ ਕਿ ਨੌਜਵਾਨ ਭਾਰਤ ਰਸਤਾ ਦਿਖਾ ਰਹੇ ਨੇ। ਇਹ ਉਤਸ਼ਾਹ ਇਸ ਗਤੀ ਨੂੰ ਬਣਾਈ ਰੱਖਣਾ ਚਾਹੀਦਾ ਹੈ ਟੀਕਾ ਲੈਣਾ ਮਹੱਤਵਪੂਰਨ ਹੈ ਨਾ ਹੀ ਕਰੋਨਾ ਤੋਂ ਬਚਾ ਦੇ ਸਾਰੇ ਨਿਯਮਾਂ ਦੀ ਪਾਲਣਾ ਵੀ ਕਰਨੀ ਹੈ ਅਸੀਂ ਨਾਲ ਮਿਲ ਕੇ ਇਸ ਮਹਾਮਾਰੀ ਦੇ ਨਾਲ ਮੁਕਾਬਲਾ ਕਰਾਂਗੇ ਦਸਨਯੋਗ ਹੈ ਕਿ ਇਸ ਦੇ ਨਾਲ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਕਰੋਨਾ ਟੀਕਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਉਧਰ ਪੰਜਾਬ ਹਰਿਆਣਾ ਚੰਡੀਗੜ੍ਹ ਸਣੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਠੰਡ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਵੇਂ ਸਾਲ ਦੇ ਸ਼ੁਰੂ ਹੁੰਦਿਆਂ ਹੀ ਕਈ ਸਵੇਰਾਂ ਦੇ ਵਿੱਚ ਠੰਡ ਦਾ ਮિજાਜ ਬਦਲਿਆ ਹੋਇਆ ਹੈ ਪੂਰੇ ਉੱਤਰੀ ਭਾਰਤ ਦੇ ਵਿੱਚ ਸ਼ੀਤ ਲਹਿਰ ਨੇ ਆਪਣੀ ਪਕੜ ਬਣਾਈ ਹੋਈ ਹੈ ਪਹਾੜਾਂ ਤੇ ਹੋਰੀ ਬਰਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਦਾ ਦੌਰ ਜਾਰੀ ਹੈ ਪੰਜਾਬ ਹਰਿਆਣਾ ਤੇ ਦਿੱਲੀ ਸ਼ੀਤ ਲਹਿਰ ਦੀ ਲਪੇਟ ਦੇ ਵਿੱਚ ਨੇ ਤਾਪਮਾਨ ਲਗਾਤਾਰ ਹੇਠਾਂ ਜਾ ਰਹੇ ਹਨ ਜਿਸ ਦੇ ਕਾਰਨ ਸਰਦੀ ਹੱਡ ਚੀਰਵੀ ਹੁੰਦੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਐਨਸੀਆਰ ਦੇ ਵਿੱਚ 21 ਤੋਂ 23 ਜਨਵਰੀ ਤੱਕ ਹਲਕੀ ਦੇਵ ਵਿਭਾਗ ਵਿਖੇ ਬਾਣੀ ਕੀਤੀ ਹੈ ਦਿਨ ਦੇ ਲਈ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ 17 ਤੇ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਵੇਰੇ 8:30 ਵਜੇ ਨਮੀ 90% ਦਰਜ ਕੀਤੀ ਗਈ ਦਿੱਲੀ 13 ਜਨਵਰੀ ਤੋਂ ਲਗਾਤਾਰ 5 ਦਿਨਾਂ ਤੋਂ ਸ਼ੀਤ ਲਹਿਰ ਦੀ ਮਾਰ ਹੇਠ ਹੈ ਹਲਕੀ ਧੁੰਦ ਅਤੇ ਬਦਲਾ ਦੇ ਵਿਚਕਾਰ ਫੈਲੀ ਪ੍ਰਦੂਸ਼ਣ ਦੀ ਧੁੰਦ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਦਿੱਲੀ ਦਾ AQI 319 ਤੇ ਸੈਟਲ ਹੋ ਕੇ ਬਹੁਤ ਹੀ ਖਰਾਬ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਹਵਾ ਦੀ ਗੁਣਵੱਤਾ ਦੇ ਵਿੱਚ ਮਾਮਲੇ ਸੁਧਾਰ ਹੋਣ ਦੀ ਸੰਭਾਵਨਾ ਹੈ ਤੇ 19 ਜਨਵਰੀ ਨੂੰ ਖਰਾਬ ਸ਼੍ਰੇਣੀ ਦੇ ਵਿੱਚ ਬਣੇ ਰਹਿਣ ਦੀ ਸੰਭਾਵਨਾ ਹੈ 20 ਜਨਵਰੀ ਨੂੰ ਹਵਾ ਦੀ ਗੁਣਵਤਾ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਰਹਿੰਦੀ ਸੰਭਾਵਨਾ ਹੈ ਉਧਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਆਪਣੇ ਗ੍ਰੈ ਖੇਤਰ ਸੰਗਰੂਰ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਨੇ ਪਾਰਟੀ ਇਸ ਵਾਰੇ ਜਲਦੀ ਹੀ ਐਲਾਨ ਕਰੇਗੀ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਮਾਨਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਆਪ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨਗੇ ਤੇ ਸੂਬੇ ਨੂੰ ਮੁੜ ਪੈਰਾ ਤੇ ਖੜਾ ਕਰਨਗੇ। ਭਗਵੰਤ ਮਾਨ ਚੰਗਰੂਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਅਤੇ ਪਾਰਟੀ ਦੇ ਸੁਭਾ ਇਕਾਈ ਦੇ ਪ੍ਰਧਾਨ ਨੇ। ਅਕਤੂਬਰ 1973 ਦੇ ਵਿੱਚ ਸਤੌਰਜ ਦੇ ਵਿੱਚ ਜਨਮੇ ਵਿਅੰਗਕਾਰ ਅਤੇ ਕਾਮੇਡੀਅਨ ਭਗਵੰਤ ਮਾਨ ਨੇ 2011 ਦੇ ਵਿੱਚ ਮਨਪ੍ਰਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਸ ਪਾਰਟੀ ਆਫ ਪੰਜਾਬ ਦੇ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪਾਰਟੀ ਬਣਾਈ ਸੀ। ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਦਾ ਕਾਂਗਰਸ ਦੇ ਵਿੱਚ ਰਲੇਵਾ ਕਰ ਲਿਆ। ਮਾ ਨੇ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸੰਗਰੂੜ ਦੀ ਲਹਿਰਾਗਾਗਾ ਸੀਟ ਤੋਂ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਪੱਠਲ ਦੇ ਵਿਰੁੱਧ ਚੋਣ ਲੜੀ ਸੀ ਅਤੇ ਹਾਰ ਗਈ। ਉਹ 2014 ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਤੇ ਸੰਗਰੂੜ ਲੋਕ ਸਭਾ ਸੀਟ ਤੋਂ ਕਾਲੀ ਦਾਲ ਸੁਖਦੇਵ ਸਿੰਘ ਟੀਮ ਸਾਡੇ ਖਿਲਾਫ ਉਹਨਾਂ ਨੇ ਚੋਣ ਲੜੀ। ਉਹਨਾਂ ਨੇ ਜੀਨਸਾਂ ਨੂੰ 2 ਲੱਖ ਤੋਂ ਵੀ ਵੱਧ ਵੋਟਾਂ ਦੇ ਰਿਕਾਰਡ ਫਰਕ ਦੇ ਨਾਲ ਹਰਾਇਆ। 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 4 ਲੋਕ ਸਭਾ ਸੀਟਾਂ ਜਿੱਤੀਆਂ। ਉਧਰ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਡਿਜੀਟਲ ਪ੍ਰਚਾਰ ਤੇ ਖਰਚ ਕੀਤੇ ਪੈਸੇ ਦੀ ਜਾਣਕਾਰੀ ਪੇਸ਼ ਕਰਨ ਦੇ ਲਈ ਉਮੀਦਵਾਰਾਂ ਦੇ ਚੋਣਵੀ ਖਰਚ ਵਾਲੇ ਹਿੱਸੇ ਦੇ ਵਿੱਚ ਇੱਕ ਨਵਾਂ ਕਾਲਮ ਛੋੜਿਆ ਹੈ। ਉਮੀਦਵਾਰ ਪਿਛਲੀਆਂ ਚੋਣਾਂ ਦੇ ਵਿੱਚ ਵੀ ਡਿਜੀਟਲ ਪ੍ਰਚਾਰ ਦੇ ਉੱਤੇ ਖਰਚ ਕੀਤੇ ਗਏ ਪੈਸਿਆਂ ਦਾ ਵੇਰਵਾ ਦਿੰਦੇ ਨੇ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਤਰ੍ਹਾਂ ਦੇ ਖਰਚ ਦੇ ਵੇਰਵੇ ਨੂੰ ਦਰਜ ਕਰਨ ਦੇ ਲਈ ਇੱਕ ਵੱਖ ਤੋਂ ਕਾਲਮ ਬਣਾਇਆ ਗਿਆ। ਕਰੋਨਾ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਚੋਣ ਕਮਿਸ਼ਨ ਨੇ 22 ਜਨਵਰੀ ਤੱਕ ਪ੍ਰਤੱਖ ਰੈਲੀਆਂ, ਰੋਡ ਸ਼ੋਅ ਅਤੇ ਇਸ ਤਰ੍ਹਾਂ ਦੇ ਹੋਰ ਪ੍ਰਚਾਰ ਪ੍ਰੋਗਰਾਮਾਂ ਦੇ ਆਯੋਜਨ ਦੇ ਉ ਨਾਲੀ ਪਾਰਟੀ ਵੋਟਰਾਂ ਤੱਕ ਪਹੁੰਚਣ ਲਈ ਡਿਜੀਟਲ ਤੇ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰ ਰਹੇ ਨੇ ਉੱਤਰ ਪ੍ਰਦੇਸ਼ ਉੱਤਰਾਖੰਡ ਗੁਆਹ ਪੰਜਾਬ ਤੇ ਮਣੀਪੁਰ ਦੇ ਵਿੱਚ ਪਹਿਲੀ ਵਾਰ ਚੋਣ ਦੇ ਲਈ ਰਿਟਰਨ ਦਾ ਫਾਰਮੈਟ ਬਦਲ ਕੇ ਨਵਾਂ ਕਾਲਮ ਬਣਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਅਤੇ ਉਮੀਦਵਾਰ ਇਸ ਤਰ੍ਹਾਂ ਦੇ ਖਰਚ ਦਾ ਖੁਲਾਸਾ ਖੁਦ ਕਰਦੇ ਨੇ ਡਿਜੀਟਲ ਵੈਨ ਵਰਗੀਆਂ ਚੀਜ਼ਾਂ ਦੇ ਉੱਤੇ ਖਰਚ ਦਾ ਵੇਰਵਾ ਦਿੰਦੇ ਨੇ ਹੁਣ ਇਸ ਚੋਣ ਦੇ ਵਿੱਚ ਇਸ ਤਰ੍ਹਾਂ ਦੇ ਖਰਚੇ ਨੂੰ ਦਰਜ ਕਰਨ ਦੇ ਲਈ ਇੱਕ ਵੱਖ ਤੋਂ ਕਾਲਮ ਬਣਾਇਆ ਗਿਆ ਜਨਪਰਤਿਨਿਦਿਤਵ ਕਾਨੂੰਨ 1951 ਦੀ ਧਾਰਾ 10ਏ ਦੇ ਮੁਤਾਬਕ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਚੋਣ ਖਰਚੇ ਨੂੰ ਦਰਜ ਕਰਨ ਦੇ ਲਈ ਅਸਫਲ ਰਹਿਣ ਦੇ ਉੱਤੇ ਸਬੰਧਤ ਉਮੀਦਵਾਰ ਨੂੰ ਚੋਣ ਕਮਿਸ਼ਨ ਦੇ ਵੱਲੋਂ ਚੋਣ ਲੜਨ ਤੋਂ 3 ਸਾਲ ਦੀ ਮਿਆਦ ਲਈ ਆਯੋਗ ਕੋਸ਼ਿਧਿਤ ਕੀਤਾ ਜਾ ਸਕਦਾ ਹੈ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਸਰਕਾਰ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਦੀਮਾ ਦੇ ਵਿੱਚ ਵਾਤਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਗਿਆ ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮਜਬੂਰੀ ਵਸ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਪਾਰਟੀ ਦੇ ਅਗਵਾਈ ਕਰਨ ਦੇ ਲਈ ਕੋਈ ਵੀ ਤਿਆਰ ਨਹੀਂ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਕਦੇ ਵੀ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਪਾਰਟੀ ਦਾ ਚਿਹਰਾ ਨਹੀਂ ਬਣਾਉਣਾ ਚਾਹੁੰਦੇ ਸਨ ਕੇਜਰੀਵਾਲ ਨੇ ਮਾਨ ਦੇ ਮੂੰਹ ਤੇ ਅਝਿਹਾ ਕਿਹਾ ਸੀ ਕਿ ਪਾਰਟੀ ਇੱਕ ਯੋਗ ਉਮੀਦਵਾਰ ਦੀ ਭਾਲ ਕਰ ਰਹੀ ਹੈ ਇਹ ਇੱਕ ਹਕੀਕਤ ਹੈ ਕਿ ਆਪ ਨੇ ਕਈ ਸੰ ਉਮੀਦਵਾਰ ਖੜੇ ਕਿਤੇ ਪਰ ਉਹਨਾਂ ਦੇ ਵਿੱਚੋਂ ਹਰੇਕ ਨੇ ਪਾਰਟੀ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਆਖਰਕਾਰ ਇੱਕ ਵਿਸ਼ਵਾਸ ਸਰਵੇਖਣ ਤੋਂ ਬਾਅਦ ਇਹ ਜ਼ਿੰਮੇਵਾਰੀ ਭਗਵੰਤ ਮਾਨ ਤੇ ਪਈ ਗਈ। ਸਰਦਾਰ ਸੁਖਬੀ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਪਾਰਟੀ ਦਾ ਚਿਹਰਾ ਬਣਾਉਣਾ ਆਮ ਆਦਮੀ ਪਾਰਟੀ ਦੇ ਦਿਵਾਲੀਏਪਣ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਮਾਨ ਨੇ ਗੈਰ ਜ਼ਿੰਮੇਵਾਰਾ ਨਾ ਵਿਵਹਾਰ ਦੇ ਬਾਰੇ ਹਰ ਕੋਈ ਜਾਣਦਾ ਹੈ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਸਮਝਦੋ ਪ ਰਿਹਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਮਾਨ ਇਸ ਸੌਦੇ ਤੇ ਰਹਿਣ ਦੇ ਕਾਬਿਲ ਨਹੀਂ ਹਨ। ਹੁਣ ਜਦੋਂ ਆਪ ਨੇ ਸਾਰੇ ਵਿਕਲਪ ਖਤਮ ਕਰ ਦਿੱਤੇ ਨੇ ਤਾਂ ਮਾਨ ਨੂੰ ਪੰਜਾਬ ਦੇ ਲਈ ਚੁਣਿਆ ਗਿਆ ਤਾਂ ਪਾਰਟੀ ਨੂੰ ਦੱਸਣ ਦੀ ਲੋੜ ਹੈ ਕਿ ਪੰਜਾਬੀਆਂ ਨੂੰ ਜਹੀ ਨੇਤਾ ਤੇ ਭਰੋਸਾ ਕਿਉਂ ਕਰਨਾ ਚਾਹੀਦਾ ਜਿਸ ਨੂੰ ਕੇਜਰੀਵਾਲ ਨੇ 1 ਸਾਲ ਤੋਂ ਵੀ ਵੱਧ ਸਮੇਂ ਦੇ ਲਈ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕੇਜਰੀਵਾਲ ਪੰਜਾਬੀਆਂ ਨੂੰ ਇੰਨਾ ਭੋਲਾ ਨਹੀਂ ਸਮਝ ਸਕਦੇ ਉਹ ਆਪਣੇ ਰਬੜ ਦੀ ਮੋਹਰ ਵਾਲੇ ਉਮੀਦਵਾਰ ਨੂੰ ਮਨਜ਼ੂਰੀ ਦੇਣ ਉਹਨਾਂ ਨੂੰ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦੇ ਨਾਲ-ਨਾਲ ਸੂਬੇ ਦੇ ਵਿੱਚ ਤੇਜ਼ੀ ਦੇ ਨਾਲ ਵਿਕਾਸ ਕਰਦੇ ਨਾਲ-ਨਾਲ ਅਮਨ ਕਾਨੂੰਨ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਵਾਲੇ ਨੇਤਾ ਦੀ ਲੋੜ ਹੈ ਭਗਵੰਤ ਮਾਨ ਇਸੇ ਫਿੱਟ ਨਹੀਂ ਬੈਠਦੇ ਉਧਰ ਭਾਰਤ ਅਤੇ ਚੀਨ ਦੇ درمیان ਇੱਕ ਵਾਰ ਫਿਰ ਪੂਰਬੀ ਲਦਾਖ ਸਰਹੱਦ ਤੇ ਤਣਾਅ ਵਧਣ ਲੱਗਾ ਦਰਸਲ ਚੀਨ ਪੈਂਗੋਂਗ ਝੀਲ ਦੇ ਨੇੜੇ ਇੱਕ ਪੁਲ ਦਾ ਨਿਰਮਾਣ ਕਰ ਰਿਹਾ ਹੈ ਇਹ ਪੁਲ ਹੁਣ 400 ਮੀਟਰ ਤੋਂ ਵੀ ਵੱਧ ਲੰਬਾ ਹੈ ਤੇ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਚੀਨ ਨੂੰ ਇਸ ਇਲਾਕੇ ਦੇ ਵਿੱਚ ਮਹੱਤਵਪੂਰਨ ਫੌਜ ਬੜਤ ਪ੍ਰਦਾਨ ਕਰੇਗਾ ਪੂਰਬੀ ਲਦਾਖ ਨੇੜੇ ਪੈਂਗੋਂਗ ਝੀਲ ਵਾਲਾ ਇਹ ਅਜੀ ਹਾਲਾਕਾ ਜਿਸ ਨੂੰ ਲੈ ਕੇ ਭਾਰਤ ਚੀਨ ਦੇ درمیان ਅੜੀਕਾ ਬਣਿਆ ਹੋਇਆ ਪੁਲ ਦੀ ਚੌੜਾਈ 8 ਮੀਟਰ ਹੈ ਅਤੇ ਇਹ ਪੈਂਗੋਂਗ ਦੇ ਉੱਤਰੀ ਤੱਟ ਤੇ ਇੱਕ ਚੀਨੀ ਫੌਜ ਦੇ ਮੈਦਾਨ ਦੇ ਠੀਕ ਦੱਖਣ ਦੇ ਵਿੱਚ ਸਥਿਤ ਹੈ ਇਥ ਫੌਜੀਆਂ ਦੇ ਘਰ ਵੀ ਨੇ ਮੀਡੀਆ ਰਿਪੋਰਟ ਦੇ ਮੁਤਾਬਕ 16 ਜਨਵਰੀ ਦੀ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ ਚੀਨੀ ਕੰਸਟਰਕਕਸ਼ਨਸ ਵਰਕਰਸ ਪੁਲ ਦੇ ਖੰਭਿਆਂ ਨੂੰ ਕੰਕਰੀਟ ਸਲੈਬ ਦੇ ਨਾਲ ਜੋੜਨ ਦੇ ਵਿੱਚ ਮਦਦ ਕਰਨ ਦੇ ਵਿੱਚ ਇੱਕ ਭਾਰੀ ਕ੍ਰੇਨ ਦੀ ਵਰਤੋਂ ਵੀ ਕਰ ਰਹੇ ਨੇ ਇਸ ਦੇ ਉੱਪਰ ਟਰਮੈਕ ਨੂੰ ਵਿਛਾਇਆ ਜਾਣਾ ਹੈ ਨਿਰਮਾਣ ਦੀ ਰਫ਼ਤਾਰ ਨੂੰ ਦੇਖਦਿਆਂ ਹੋਇਆਂ ਜਿਹੜਾ ਲੱਗ ਰਿਹਾ ਹੈ ਕਿ ਪੁਲ ਕੁਝ ਮਹੀਨਿਆਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਵੇਗਾ ਹਾਲਾਂਕਿ ਰੁੱਤੋਂਗ ਤੱਕ ਸੜਕ ਨੂੰ ਪੂਰਾ ਹੋਣ ਦੇ ਵਿੱਚ ਵੱਧ ਸਮਾਂ ਲੱਗੇਗਾ ਰੁੱਤੋਂਗ ਇਲਾਕੇ ਦੇ ਵਿੱਚ ਮੁੱਖ ਚੀਨੀ ਫੌਜੀ ਕੇਂਦਰੇ ਇਸ ਪੁਲ ਦਾ ਨਿਰਮਾਣ ਹੋਣਾ ਭਾਰਤ ਦੇ ਲਈ ਇੱਕ ਬਹੁਤ ਤੇਜ਼ੀ ਦੇ ਨਾਲ ਫੌਜੀਆਂ ਨੂੰ ਚੀਰ ਦੇ ਕਿਸੇ ਵੀ ਕੰਡੇ ਤੇ ਤਨਾਤ ਕਰ ਸਕਦੀ ਹੈ ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਫਿਲਹਾਲ ਇਨਾ ਹੀ ਆਪਣੀ ਦੋਸ਼ੀ ਤਨੂ ਦੇਉ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ